ਅੱਜ 1 ਮਈ ਹੈ, ਪੂਰੀ ਦੁਨੀਆ ਵਿੱਚ ਜਿਹੜੇ ਸ਼ਿਕਾਗੋ ਦੇ ਸ਼ਹੀਦ ਸੀ ਸਾਡੇ ਮਜ਼ਦੂਰ, ਉਹਨਾਂ ਦੀ ਯਾਦ ਵਿੱਚ ਅੱਜ 1 ਮਈ ਦਿਵਸ ਮਨਾਇਆ ਜਾਂਦਾ। ਇਹ ਦਿਨ ਸਾਡੇ ਮਜ਼ਦੂਰਾਂ ਨੂੰ ਸਮਰਪਿਤ ਦਿਨ ਹੈ ਔਰ ਅਸੀਂ ਉਹਨਾਂ ਦਾ ਅੱਜ ਸਾਰਿਆਂ ਨੇ ਕੇਕ ਕੱਟ ਕੇ, ਸਾਡੇ ਜਿਹੜੇ ਮਨਰੇਗਾ ਵਰਕਰ ਸੀ ਪਿੰਡ ਪੋਲੇ ਦੇ, ਅਸੀਂ ਅੱਜ ਉਹਨਾਂ ਨੂੰ ਯਾਦ ਕੀਤਾ ਸਾਡੇ ਸ਼ਹੀਦਾਂ ਨੂੰ। ਔਰ ਨਾਲ ਦੀ ਨਾਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਜਿਹੜੇ ਦਿਨ ਰਾਤ ਕਰਕੇ ਕੰਮ ਕਰ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਕਰਦੀ ਹੈ ਕਿ ਜੋ ਤਰੱਕੀਆਂ ਹੋ ਰਹੀਆਂ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਉਹਨਾਂ ਦੀ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਸਾਡੇ ਲੇਬਰ ਭਰਾਵਾਂ ਨੂੰ। ਪੰਜਾਬ ਸਰਕਾਰ ਉਹਨਾਂ ਦੀ ਵਚਨਬੱਧ ਹੈ, ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਵਚਨਬੱਧ ਹੈ, ਜਿਵੇਂ ਅਸੀਂ ਬਿਜਲੀ ਮਾਫ਼ ਕੀਤੀ ਹੈ, ਹੋਰ ਵੀ ਸਹੂਲਤਾਂ ਜਿਹੜੀਆਂ ਸਾਡੇ ਇਸ ਵਰਗ ਨੂੰ ਸਿੱਧ ਬਣ ਗਈਆਂ।